ਇੱਕ ਧਰਤੀ ਤੇ ਦੋ ਮਾਵਾਂ। ਇੱਕ ਮਾਂ ਨੇ ਦਿੱਲੀ ਚਾਨੀ ਚੌਕ ਵਿੱਚ ਜੰਮਿਆ, ਉਹ ਅਕਸ਼ੇ ਕੁਮਾਰ। ਦੂਜੀ ਮਾਂ ਨੇ ਜੱਗੂ ਚੌਕ ਜਲੰਧਰ ਵਿੱਚ ਜੰਮਿਆ, ਇਹ ਤੁਹਾਡਾ ਆਪਣਾ ਬਖਸ਼ੇ ਕੁਮਾਰ। ਇੱਕ ਅਸਮਾਨ ਤੇ ਦੂਜਾ ਧਰਤੀ। ਪਰਵਰਦਿਗਾਰ ਜਦੋਂ ਕਰਨ ਤੇ ਆਉਂਦਾ ਹੈ, ਜ਼ਮੀਨ ਅਸਮਾਨ ਇੱਕ ਕਰ ਦਿੰਦਾ ਹੈ। ਕਿਸੇ ਦੀ ਮਾਂ ਭੈਣ ਇੱਕ ਕਰਨੀ ਤੇ ਬਹੁਤ ਸੌਖਾ ਹੈਗਾ, ਪਰ ਕੋਈ ਮਰਦ ਹੀ ਹੁੰਦਾ ਹੈ ਜਿਹੜਾ ਜ਼ਮੀਨ ਅਸਮਾਨ ਇੱਕ ਕਰ ਦਿੰਦਾ ਹੈ। ਵੈਸੇ ਤੁਹਾਡੇ ਬਖਸ਼ੇ ਕੁਮਾਰ ਦੇ ਉੱਤੇ ਰੱਬ ਦੀ ਬੜੀ ਕਿਰਪਾ ਹੈਗੀ। ਅਕਸ਼ੇ ਕੁਮਾਰ ਤਾਂ ਫੇਰ ਵੀ 50 ਦਿਨ ਸਾਲ ਦੇ ਵਿੱਚ ਵਿਹਲਾ ਬੈਠਾ ਹੁੰਦਾ ਹੈ, ਪਰ ਇਹ ਤੁਹਾਡਾ ਆਪਣਾ ਬਖਸ਼ੇ ਕੁਮਾਰ 365 ਦਿਨ ਇਹ ਪੂਰਾ ਦਾ ਪੂਰਾ 365 ਦਿਨ ਕੰਮ ਕਰਦਾ ਹੈ। ਉਹਦੇ ਉੱਤੇ ਤੇ ਇੱਕ ਰੁਪਿਆ ਕੋਈ ਨਹੀਂ ਸੁੱਟਦਾ। ਤੁਹਾਡੇ ਬੰਦੇ ਉੱਤੇ 10-10 ਦੇ ਨੋਟ